ਇੰਟਰੋਡਕਸ਼ਨ ਆਪ ਕਰਕੇ ਤਾਂ ਫੋਨ ਮੇਰੇ ਵੱਲ ਘੁਮਾਤਾ। ਮੈਂ ਕੁਛ ਬੋਲੂਗੀ, ਮੈਂ ਸੋਚਣ ਡਿਆ ਹਾਂ ਠੀਕ ਆ ਬੋਲੂਗੀ ਬੋਲੂਗੀ, ਕੁਛ ਨਹੀਂ ਤਾਂ ਮੇਰੇ ਵੱਲ ਮੈਂ ਫੋਨ ਘੁਮਾਤਾ। ਚਲੋ ਛੱਡੋ, ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਆ। ਆਪਾਂ ਅੱਜ ਨਿਕਲੇ ਹਾਂ ਸਹਿਨੂਰ ਦੀ ਥੋੜ੍ਹੀ ਬਹੁਤੀ ਸ਼ੋਪਿੰਗ ਕਰਨ ਲਈ। ਸਹਿਨੂਰ ਦਾ ਸਕੂਲ ਦੇ ਵਿੱਚ ਬਰਥਡੇ ਮਨਾਉਣਾ ਹੈ। ਵੈਸੇ ਤਾਂ ਅੱਜ ਹੈਗੀ ਆ 12 ਮਾਰਚ, ਅਤੇ ਸਹਿਨੂਰ ਦਾ ਬਰਥਡੇ ਹੈਗਾ 27 ਮਾਰਚ ਨੂੰ, ਅਤੇ ਆਪਾਂ ਛੋਟੀ ਮੋਟੀ ਸ਼ੋਪਿੰਗ ਕਰਦੇ ਪਏ ਹਾਂ, ਥੋੜ੍ਹੀ ਪਲਾਨ ਵੀ ਕਰਦੇ ਪਏ ਕਿ ਕਰੀਏ ਕੀ ਕਰੀਏ। ਸੋ ਦੇਖਦੇ ਹਾਂ ਅੱਜ ਦੇ ਵਲੌਗ 'ਚ ਤੁਹਾਨੂੰ ਕੀ ਦੇਖਣ ਮਿਲਦਾ। ਬਰਥਡੇ ਜਿਹੜਾ ਆ 27 ਨੂੰ ਹੁੰਦਾ, ਸੋ ਸਕੂਲ ਓਨੀ ਦੇਰ ਤੱਕ ਖੁੱਲੇ ਨਹੀਂ ਹੁੰਦੇ, ਇਸ ਕਰਕੇ ਆਪਾਂ ਕੱਲ ਅੱਜ ਬਣਾ ਲਏ ਸਕੂਲ ਮੇ ਬਰਥਡੇ। ਔਰ ਮੇਰੇ ਫਰੈਂਡਸ ਕੋ ਕੈਂਡੀਜ਼ ਵੀ ਮਿਲਣਗੀ। ਅੱਛਾ ਜੀ, ਸੋ ਇਸੇ ਕਰਕੇ ਆਪਾਂ ਅੱਜ ਨਿਕਲੇ ਹਾਂ ਕਿ ਸਹਿਨੂਰ ਦਾ ਜਿਹੜਾ ਬਰਥਡੇ ਆ ਉਹ ਕੱਲ੍ਹ ਸਕੂਲ ਦੇ ਵਿੱਚ ਮਨਾ ਲਈਏ, ਕਿਉਂਕਿ ਨਹੀਂ ਤਾਂ ਬੱਚੇ ਦੇ ਅੰਦਰ ਮਨ 'ਚ ਰਹਿ ਜਾਂਦਾ ਕਿ ਮੇਰਾ ਬਰਥਡੇ ਕਿਉਂ ਨਹੀਂ ਮਨਾਇਆ ਸਕੂਲੇ, ਬਾਕੀ ਸਾਰੇ ਬੱਚਿਆਂ ਦਾ ਹੁੰਦਾ ਆ। ਇਸ ਕਰਕੇ ਆਪਾਂ ਅੱਜ ਉਹ ਬੱਚਿਆਂ ਦੇ ਵਿੱਚੋਂ ਇੱਕ ਆ ਜਿਹਦਾ ਹਮੇਸ਼ਾ ਕਲਾਸ ਦੇ ਵਿੱਚ ਬਰਥਡੇ ਛੁੱਟੀਆਂ 'ਚ, ਮਤਲਬ ਜਿਹੜਾ ਸਕੂਲ 'ਚ ਬਰਥਡੇ ਨਹੀਂ ਹੁੰਦਾ ਮਨਾਇਆ ਜਾ ਸਕਦਾ, ਕਿਉਂਕਿ ਸਕੂਲ ਛੁੱਟੀਆਂ ਦੇ ਵਿੱਚ ਬਰਥਡੇ ਹੁੰਦਾ ਹੈ। ਅਤੇ ਕੱਲ੍ਹ ਜਿਹੜਾ ਆ ਨਾ ਸਕੂਲ ਦਾ ਇਹਦਾ ਲਾਸਟ ਡੇ ਆ, ਲਾਸਟ ਪੇਪਰ ਆ, ਅਤੇ ਉਹਦੇ ਵਿੱਚ ਹੀ ਫਿਰ ਆਪਾਂ ਸੋਚਿਆ ਕਿਉਂਕਿ ਇੱਕ ਦਿਨ ਹੋਰ ਇਹਨਾਂ ਦਾ ਹੈਗਾ ਉੱਦਾਂ ਸਕੂਲ, ਉਸ ਦਿਨ ਪਾਰਟੀ ਆ, ਅਤੇ ਪਰ ਉਸ ਦਿਨ ਕੀ ਆ ਕਿ ਹੋਪਫੁਲੀ ਕਹਿ ਲਓ ਜਾਂ ਪਤਾ ਨਹੀਂ ਸਾਨੂੰ ਕਿ ਉਦੋਂ ਬੱਚੇ ਆਉਣਗੇ ਜਾਂ ਨਹੀਂ ਆਉਣਗੇ, ਇਸੇ ਕਰਕੇ ਆਪਾਂ ਕੱਲ੍ਹ ਹੀ ਨਿਬੇੜ ਦੇਣਾ ਕੰਮ। ਸੋ ਕੱਲ ਸਹਿਨੂਰ ਦਾ ਸਕੂਲੇ ਬਰਥਡੇ ਹੈ, ਬੜੀ ਐਕਸਾਈਟਿਡ ਆ ਆਪਣੇ ਬਰਥਡੇ ਨੂੰ ਲੈ ਕੇ, ਅਤੇ ਆਪਾਂ ਸੋਚਿਆ ਚਲੋ ਫਿਰ ਅੱਜ ਜੋ ਇਹਨੇ ਕੱਲ੍ਹ ਪਾਉਣਾ ਉਹ ਡਰੈਸ ਲਵਾਂਗੇ, ਅਤੇ ਜੋ ਵੀ ਬੱਚਿਆਂ ਨੂੰ ਆਪਾਂ ਦੇਣਾ ਉਹ ਵੀ ਲਵਾਂਗੇ। ਵੈਸੇ ਤਾਂ ਵੈਸੇ ਪਤਾ ਕੀ ਸਹੀ ਗੱਲ ਸਾਂ, ਆਹੀ ਸਹੀ ਆ ਵੈਸੇ ਤਾਂ, ਕਿਉਂਕਿ ਇਹ 'ਚ ਸਕੇਲ ਸਕੂਲ ਵੀ ਹੈਗਾ, ਵਿੱਚ ਵੀ ਹੈਗਾ ਸਕੇਲ, ਨਹੀਂ ਇਹਦੇ ਵਿੱਚ ਪੈਨ ਆ ਨਾ, ਇਹ 'ਚ ਪੈਨਸਲਾਂ, ਆਹ ਵੀ ਹੈਗਾ ਨੋਟ ਪੈਡ, ਆਹ ਵੀ ਹੈਗਾ ਪੈਨਸਲ ਵੀ ਆ ਇਹਦੇ 'ਚ, ਹਾਂ ਵੀ ਠੀਕ ਆ ਵੀ, ਆਹ ਵੀ ਠੀਕ ਆ ਵੀ, ਇਹ ਤਾਂ ਹੈ ਹੀ ਬੜਾ ਕੁਛ, ਕੀ ਕਰੀਏ। ਆਹ ਵਾਲਾ ਕਿੰਨੇ ਦਾ ਭਾਜੀ? ਨਹੀਂ ਆ ਜਾ, ਇਹ 'ਚ ਹੈਗੇ ਆਪਾਂ ਆਏ ਕਿੱਥੇ? ਸਾਨੂੰ ਆਪਣੀ ਕਲਾਸ ਮੇ ਕਿਤਨੇ ਬੋਇਜ਼ ਹੈ ਕਿਤਨੀ ਗਰਲਸ ਹੈ? ਕਿੰਨੇ? 25-33 ਐਵੇਂ ਬੋਲੀ ਜਾਂਦੀ ਆਪਣੇ ਲਈ। ਮੇਰੀ ਗੱਲ ਸੁਣੋ ਨਾ, ਜਿੱਦਾਂ ਇਹਦੇ ਜਿਹੜਾ ਦੂਜਾ ਬਰਥਡੇ ਕਰਨਾ ਉਹਦੇ ਲਈ ਤਾਂ ਆ ਠੀਕ ਹੈ, ਹਾਂ ਬੱਚੇ ਖੇਡ ਤਾਂ ਲੈਂਦੇ ਹੈ ਨਾ, ਬੱਚੇ ਖੇਡ ਤਾਂ ਲੈਂਦੇ ਫਿਰ ਇਹਨਾਂ ਚੀਜ਼ਾਂ 'ਚ। ਦੇਖ ਲਓ ਹੁਣ ਅੱਜ ਕੱਲ੍ਹ ਬੱਚਿਆਂ ਲਈ ਬਰਥਡੇ ਲਈ ਕੀ ਕੀ ਹੁੰਦਾ ਹੈ, ਇਹੋ ਜਿਹੇ ਆਪਾਂ ਅਸੀਂ ਨਿੱਕੇ ਜਿਹੇ ਹੁੰਦੇ ਸੀਗੇ, ਸਾਨੂੰ ਦੋ ਸਮੋਸੇ ਖਵਾ ਕੇ ਰਸਗੁੱਲਾ ਦੇ ਕੇ ਤੋੜ ਦਿੰਦਾ ਹੁੰਦਾ ਸੀ, ਹੁਣ ਦੇਖੋ ਤਾਂ ਕੀ ਕੁਝ ਕਰਨਾ ਪੈਂਦਾ। ਚਲੋ ਜੀ, ਮੈਡਮ ਨੇ ਫੋਨ ਤਾਂ ਚੁੱਕਿਆ ਨਹੀਂ ਹੈ, ਅਤੇ ਹੁਣ ਮੈਡਮ ਕੀ ਕਰਨਾ ਫਿਰ? ਗੇਟ ਵੀ ਥੋੜ੍ਹੀ ਮਹਿੰਗੀ ਪੈਣੀ ਹੈ, ਕਿਉਂਕਿ ਦੋ ਜਣੀਆਂ ਨੇ ਸਮਾਨ ਪਾਈ ਜਾਣਾ ਟੋਕਰੇ 'ਚ। ਆਹ ਦੇਖੋ ਉਹ ਟੋਕਰਾ ਕਿੱਦਾਂ ਚੁੱਕਿਆ ਹੈ ਨਿੱਕੀ ਜੀ ਨੇ, ਆਹ ਗਿੰਡੀ ਬਹੁਤ ਚਲਾਕ ਹੈ ਯਾਰ। ਹੁਣ ਮੈਂ ਇੱਕ ਚੀਜ਼ ਦੇਖੀ, ਮੈਂ ਨਾ ਉਹ ਦੇਖਦੇ ਸਾਰੇ ਇਹ ਕਿਹਾ ਸੀਗਾ, ਮੈਂ ਕਿਹਾ ਯਾਰ ਇਹ
ਇੱਥੇ ਪਈ ਮੈਂ ਲੱਭਦਾ ਮੈਂ ਸੀਗਾ ਮਾਂ ਚ ਨਿਕਲ ਗਿਆ ਮੈਂ ਸਾਨੂੰ ਦੋ ਘੰਟੇ ਹੋ ਗਏ ਇੱਥੇ ਘੁੰਮਦੇ ਨੂੰ ਕਦੀ ਅਸੀਂ ਇਹ ਜਾਣਦੇ ਕਦੀ ਇਹ ਜਾਣਦੇ ਕਦੀ ਇਹ ਜਾਣਦੇ ਕਦੀ ਇਹ ਜਾਣਦੇ ਯਾਰ ਮੈਨੂੰ ਤਾਂ ਆਹ ਸੋਹਣਾ ਲੱਗਾ ਲੈ ਲਓ ਆਹ ਚੁੱਪ ਕਰਕੇ ਲੈ ਲਓ ਬਸ ਲੈ ਲਓ ਕੀ ਸੋਚੀਆਂ ਨੇ ਮਿਕਸ ਜੇ ਲੈ ਲਓ ਇੱਕ ਅੱਧੇ ਮੁੰਡੇ ਨੂੰ ਪਿੰਕ ਵੀ ਚੱਲ ਜੂਗਾ ਕੀ ਚੱਕਰ ਹੈ ਬਲੂ ਸਗੋਂ ਕੁੜੀਆਂ ਨੂੰ ਕੋਈ ਚੱਕਰ ਨਹੀਂ ਹੁੰਦਾ ਮੁੰਡਿਆਂ ਨੂੰ ਹੁੰਦਾ ਸਾਨੂੰ ਪਿੰਕ ਨਹੀਂ ਚਾਹੀਦਾ ਏਦਾਂ ਨਹੀਂ ਹੁੰਦਾ ਹੁੰਦਾ ਕੁੜੀਆਂ ਨੂੰ ਸਹਿਣਾ ਆਪ ਕੋ ਹੀ ਵੀ ਅੱਛਾ ਲੱਗਦਾ ਨਾ ਹਾਂ ਬਲੂ ਔਰ ਪਿੰਕ ਔਰ ਗ੍ਰੀਨ ਤੈਨੂੰ ਬਲੂ ਕਿਸ ਕਾ ਹੁੰਦਾ ਹੈ ਬਲੂ ਬॉयਸ ਐਂਡ ਪਿੰਕ ਗਰਲਸ ਅੱਛਾ ਕੀ ਤਾਂ ਪੰਗਾ ਹਾਂਜੀ ਗੱਲ ਹੋ ਗਈ ਕਿੰਨੀ ਗੱਲ ਦੀ 13 ਗਰਲਸ ਤੇ 12 ਬॉयਸ ਟੋਕਰੀ ਹੋਰ ਲੈਣੀ ਪੈਣੀ ਲੱਗਦਾ ਤੇਰਾ ਤੇਰਾ ਮੁੰਡੇ 12 ਕੁੜੀਆਂ ਆਹ ਲੈ ਲਓ ਚੇਂਜ ਕਰ ਲਓ ਫਿਰ ਕਿੱਦਾਂ ਚਲੀਏ ਫਿਰ ਲਓ ਜੀ ਸਮਾਨ ਆਪਾਂ ਲੈ ਲਿਆ ਹੈ ਸਕੂਲ ਦੇ ਬੱਚਿਆਂ ਲਈ ਸ਼ੋਪਿੰਗ ਹੋਈ ਆ ਹਜੇ ਜਿਹੜੀ ਬਾਅਦ 'ਚ ਪਾਰਟੀ ਹੋਣੀ ਉਹ ਅਲੱਗ ਆ ਇੱਕ ਟੋਕਰਾ ਉਹਨੇ ਚੱਕਿਆ ਇੱਕ ਟੋਕਰਾ ਮੈਂ ਚੱਕਿਆ ਉਹ ਥੱਕ ਵੀ ਗਈ ਸਾਡੇ ਜਿਹੇ ਬਜ਼ੁਰਗ ਤਾਂ ਇਹ ਹੈ ਹਨਾ ਬੇਬੇ ਸ਼ੋਪਿੰਗ ਅਸੀਂ ਕਰ ਲਈ ਆ ਜੋ ਅੰਕਲ ਕਦੇ ਜਾਓ ਮੇਰੇ ਹਿਸਾਬ ਨਾਲ ਤਾਂ ਠੀਕ ਆ ਤੇਰੇ ਡਰੈੱਸਾਂ ਇੰਨੀਆਂ ਤਾਂ ਪਈਆਂ ਇੰਨੇ ਵਾ ਪਵਾ ਕੇ ਭੇਜ ਦਿਓ ਕੋਈ ਵੀ ਉਹ ਪੜ੍ਹ ਲਓ ਭਰਾਵਾ ਕੁੜੀ ਨੂੰ ਲੈਣਾ ਜਾਵੇ ਵਿੱਚੋਂ ਭਾਰੀ ਬਹੁਤ ਕਹਿੰਦੀ ਵੀ ਸੈਨੂਰ ਦੀ ਡਰੈੱਸ ਲੈ ਲਈਏ ਜਾ ਕੇ ਡਰੈੱਸਾਂ ਇੰਨੀਆਂ ਪਈਆਂ ਹੋਈਆਂ ਪਾਪਾ ਵੀ ਹਜੇ ਚਾਈਨਾ ਤਾਈਵਨ ਗਏ ਸੀ ਉੱਥੋਂ ਵੀ ਡਰੈੱਸਾਂ ਲੈ ਗਏ ਆ ਮੈਡਮ ਨੇ ਵੀ ਤੁਸੀਂ ਵੀ ਤਾਂ ਲਈਆਂ ਇਹ 4-5 ਦਿਨ ਪਹਿਲਾਂ ਉੱਦਾਂ ਵੀ ਤਾਂ ਹੈਗੇ ਕੱਪੜੇ ਨੋਰਮਲ ਵਾਲੇ ਕੱਪੜੇ ਤੁਸੀਂ ਕਹਿੰਦੇ ਮੈਂ ਨਾਲੇ ਕੰਫਰਟੇਬਲ ਕੱਪੜੇ ਲੈਣੇ ਨਾਲੇ ਤੁਸੀਂ ਕਹੀ ਨੇ ਕਿ ਵੀ ਮੈਂ ਡਰੈੱਸ ਲੈਣੀ ਸੈਨੂਰ ਚਲੋ ਭਾਈ ਡਰੈੱਸ ਲੈਣੀ ਪੈਣੀ ਆ ਚਲੋ ਭਾਈ ਡੇ ਇੱਕ ਜਗ੍ਹਾ ਹੋ ਗਈ ਆ ਦੂਜੀ ਜਗ੍ਹਾ ਚੱਲੀਏ ਇੱਦਾਂ ਆ ਵੀ ਗੱਲ ਗਿਫਟ ਆਪਾਂ ਲੈ ਲਿਆ ਤੇ ਹੁਣ ਆਪਾਂ ਨਾ ਲੈਣ ਲੱਗੇ ਆ ਸੈਨੂਰ ਦੇ ਪਹਿਲਾਂ ਫੁੱਟਵੇਅਰ ਪਤਾ ਨਹੀਂ ਡਰੈੱਸ ਲਈ ਦੀ ਫੁੱਟਵੇਅਰ ਪਹਿਲਾਂ ਲੈ ਲਾਂ ਤੇ ਪਿੱਛੇ ਦੇਖੋ ਕੀ ਵਾਜਾ ਮਰਨ ਦੀ ਭਲਾ ਹੈ ਹੌਪਸਕੌਚ ਹੌਪਸਕੌਚ ਬੱਟੀ ਤਾਂ ਮੈਂ ਲਵੀ ਤੇ ਪਹਿਲਾਂ ਆਪਾਂ ਫੇ ਸੋਚ ਰਹੇ ਆ ਕਿ ਚੱਪਲ ਚੁੱਪਲ ਲੈ ਲਈਏ ਦੀ ਕੁੜੀ ਦੀ ਉਸ ਤੋਂ ਬਾਅਦ ਆਪਾਂ ਫੇ ਡਰੈੱਸ ਦੇਖਦੇ ਆ ਕੁੜੀ ਨੂੰ ਭੁੱਖ ਵੀ ਲੱਗੀ ਆ ਸਾਡੀ ਭੁੱਖ ਲੱਗੀ ਗੁੱਡੀ ਨੂੰ ਸਾਡੀ ਪਤਾ ਨਹੀਂ ਮੈਂ ਤਾਂ ਛੋਲੇ ਭਟੂਰੇ ਖਾਣੇ ਮੈਂ ਦੇਖ ਲਿਆ ਪਿਟ ਸਟਾਪ ਚਲੀ ਚਲੋ ਚਲੋ ਪਿਟ ਸਟਾਪ ਚੱਲ ਪਾਂਗੇ ਕੋਈ ਗੱਲ ਨਹੀਂ ਉਹ ਆ ਗਏ ਆਪਾਂ ਹੁਣ ਮੌਲ ਟਾਊਨ ਦੇ ਵਿੱਚ ਬੈਲੀਆਂ ਲੈਣ ਲਈ ਪਿੱਛੇ ਦੁਕਾਨ ਮੇਰੇ ਸੈਨੂ ਦੇ ਉਹ ਬੈਲੀਆਂ ਲੈਂਦੇ ਮੈਨੂੰ ਲੱਗੀ ਹੈ ਭੁੱਖ ਬਹੁਤ ਤੇਜ਼ ਅਤੇ ਮੈਂ ਇੱਥੇ ਦੇਖ ਲਿਆ ਬਾਈ ਜੀ ਕੁਲਚਿਆਂ ਵਾਲਾ ਮੈਂ ਕਹਿ ਨਾ ਮੈਂ ਖਾ ਗਿਆ ਨਾ ਤੂੰ ਜਦੋਂ ਜੁੱਤੀਆਂ ਲੈ ਮੈਂ ਖਾ ਗਿਆ ਤਾਂ ਪਰ ਜੇ ਮੈਂ ਉੱਥੇ ਕੁਲਚੇ ਖਾਣ ਚੱਲ ਗਿਆ ਤਾਂ ਫਿਰ ਇੱਥੇ ਜੁੱਤੀਆਂ ਖਾਣੀਆਂ ਪੈਣੀਆਂ ਸੋ ਥੋੜ੍ਹਾ ਰੁੱਕ ਕੇ ਖਾਂਦੇ ਸ਼ੂਜ਼ ਤਾਂ ਲੈ ਲਏ ਆ ਹੁਣ ਲੱਗੀ ਆ ਭੁੱਖ ਨਿਤਾ ਦੀ ਹੁਣ ਕਰਨਾ ਕੀ ਆ ਖਾਣਾ 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 ਕਿੱਥੋਂ ਦੇਖਦੇ ਹਾਂ ਬੜੀ ਖੋਜ ਪੜਤਾਲ ਕਰਨ ਤੋਂ ਬਾਅਦ ਅਸੀਂ ਆਏ ਹਾਂ ਪਿੱਟ ਸਟਾਪ ਜਲੰਧਰ
ਅਤੇ ਬਹੁਤ ਸੋਹਣਾ ਰੈਸਟੋਰੈਂਟ ਆ। ਇਹਦੇ ਵਿੱਚ ਤਿੰਨ ਤਰ੍ਹਾਂ ਦਾ ਰੈਸਟੋਰੈਂਟ, ਬਰਿਸਤਾ ਆ, ਪਿਟ ਸਟੋਪ ਆ ਅਤੇ ਸ਼ਾਂਗਸ ਆ। ਇਹਦੇ ਵਿੱਚ ਉਹ ਯਾਰ ਅਮੈਰੀਕਨ ਫੂਡ ਆ, ਅਮਰੀਕਨ ਦੇਖ ਲਓ, ਦੇਖ ਲਓ ਅਮਰੀਕਨ ਲਾਇਆ। ਇਹ ਹੁਣ ਨਿਊਮਰੋਲੋਜਿਸਟ ਬਣ ਗਏ ਬਾਬਾ ਜੀ ਸ਼੍ਰੀ ਸ਼੍ਰੀ 108 ਰਵਨੀਤ ਕੌਰ ਜੀ। ਮੈਮ ਲਿਆ ਕੁਛ, ਇਹ ਹੈਗਾ ਹੋਟ ਡੋਗ, ਅਮੈਰੀਕਨ ਹੋਟ ਡੋਗ, ਉਹਦਾ ਖਾ ਕੇ ਦੇ ਰਹੇ। ਇਹ ਕਿੱਦਾਂ ਦਾ? ਇਹ ਅਮੈਰੀਕਨ ਹੋਟ ਡੋਗ, ਸੌਸ ਬਹੁਤ ਖਤਰਨਾਕ ਲੱਗੀ ਹੋਈ ਹੈ, ਮੇਰੇ ਵੀ ਮੁੱਛਾਂ ਮੁੱਛਾਂ ਲਿਬੜ ਜਾਣੀਆਂ ਮੇਰੇ ਕੋਲ। ਲੈਟਸ ਗੋ। ਮਸਟਰਡ ਦਾ ਟੇਸਟ ਵੀ ਘੈਂਟ ਹੈ, ਪਰ ਯਾਰ ਮੂੰਹ ਬੜਾ ਲਿਬੜਦਾ, ਉੱਦਾਂ ਘੈਂਟ ਹੈ। ਚਲੋ ਹੁਣ ਆਪਾਂ ਵਾਪਸ ਜਾ ਰਹੇ ਹਾਂ ਬਿਲਿੰਗ ਕਰਾ ਕੇ, ਦੈਨ ਚਲੋ ਸੈਨੋਰ ਜਾਣ ਨਹੀਂ ਹੈਗੀ, ਰੋਟੀ ਨਹੀਂ ਖਾਧੀ ਸੈਨਾ। ਖਾਣਾ ਐਡਾ ਕੁ ਬੰਬ ਆ ਨਾ ਇੱਥੇ ਦਾ, ਤੁਸੀਂ ਖਾਓਗੇ ਮਤਲਬ ਇੱਥੇ ਆਰਡਰ ਕਰਨਾ ਹੋਣਾ ਚਾਹੀਦਾ ਤੁਹਾਨੂੰ, ਸਵਾਦ ਆ ਖਾਣਾ। ਇੱਥੇ ਤੁਸੀਂ ਹੋਟ ਡੋਗ ਖਾ ਸਕਦੇ ਹਾਂ, ਸ਼ਾਂਗਸ ਦਾ ਤੁਸੀਂ ਚਿੱਲੀ ਗਾਰਲਿਕ ਨੂਡਲਸ ਖਾ ਸਕਦੇ ਹਾਂ, ਨਾਲ ਹੀ ਬਰਿਸਤਾ ਹੈਗਾ, ਤੁਸੀਂ ਬਰਿਸਤਾ ਤੋਂ ਕਾਫੀ ਜ਼ਿਆਦਾ ਪ੍ਰੈਫਰ ਕਰਿਓ, ਉੱਥੋਂ ਕਾਫੀ ਨਾ ਪੀਓ, ਮੈਨੂੰ ਕਾਫੀ ਨਹੀਂ ਪਸੰਦ ਆਈ। ਫੋਟੋ ਮੀਟੋ ਐਂਡ ਸੀ ਫੋਟੋ ਵਾਲੀ ਕਹਾਣੀ, ਫੋਟੋ ਵਾਲੀ ਕਹਾਣੀ ਤਾਂ ਮੈਂ ਦੱਸਤੀ ਆ। ਫੋਟੋ ਵਾਲੀ ਕਹਾਣੀ ਤੁਸੀਂ ਜਿਹੜੀ ਆ ਉਹ ਇੰਸਟਾਗ੍ਰਾਮ 'ਤੇ ਮੈਂ ਇੱਕ ਫੋਟੋ ਪਾਈ ਆ ਜਿਹੜੀ ਤੁਸੀਂ ਥੰਬਨੇਲ 'ਤੇ ਵੀ ਦੇਖੀ ਹੋਣੀ ਆ। ਇਹ ਫੋਟੋ ਦੀ ਕਹਾਣੀ ਜਿਹੜੀ ਸਪੈਸ਼ਲ ਹੈਗੀ ਆ ਉਹ ਜਾ ਕੇ ਇੰਸਟਾਗ੍ਰਾਮ 'ਤੇ ਪੜਿਓ, ਮਜ਼ਾ ਆ ਗਿਆ ਮਜ਼ਾ। ਚਲੋ ਮੈਂ ਥੋੜ੍ਹੀ ਥੋੜ੍ਹੀ ਦੱਸ ਦਿੰਦਾ, ਵੈਸੇ ਮੇਰੇ ਕੋਲ ਰਿਹਾ ਤਾਂ ਜਾਣਾ, ਤੁਹਾਨੂੰ ਪਤਾ ਹੀ ਆ। ਗੱਲ ਐਸੀ ਆ ਕਿ ਆਪਾਂ ਫੋਟੋਆਂ ਖਿੱਚਦੇ ਪਏ, ਜਿੱਦਾਂ ਆਪਾਂ ਕਰਦੇ ਨਹੀਂ ਸੈਲਫ ਟਾਈਮਰ 'ਤੇ ਰੱਖ ਕੇ, ਟੇਬਲ 'ਤੇ ਰੱਖ ਕੇ ਫੋਟੋਆਂ ਖਿੱਚ ਲਈਆਂ, ਟੇਬਲ 'ਤੇ ਰੱਖ ਕੇ ਮੈਂ ਫੋਟੋ ਖਿੱਚਦਾ ਪਏਗਾ। ਸਾਡੀ ਨਾ ਪਿੱਛੇ ਵਾਲੇ ਟੇਬਲ ਦੇ ਉੱਤੇ ਨਾ ਇੱਕ ਦੋ ਕੁ ਦੋਸਤ ਬੈਠੇ ਸੀਗੇ, ਸਾਊਥ ਇੰਡੀਅਨ ਸੀਗੇ, ਅਤੇ ਉਹਨੇ ਦੇਖਿਆ ਕਿ ਬੰਦਾ ਸਟਰਗਲ ਕਰਦਾ ਵਾ ਬਹੁਤ ਜ਼ਿਆਦਾ, ਅਤੇ ਮੈਂ ਹੈਲਪ ਆਊਟ ਕਰ ਦਿੰਦਾ। ਅਗਲੇ ਫੋਟੋਗ੍ਰਾਫਰ ਸੀਗੇ, ਵੀਡੀਓਗ੍ਰਾਫਰ ਸੀਗੇ, ਅਤੇ ਉਹਨੇ ਕੀ ਕੀਤਾ ਕਿ ਮੇਰੇ ਕੋਲ ਮੇਰਾ ਫੋਨ ਚੱਕ ਲਿਆ, ਕਹਿੰਦਾ ਮੈਂ ਖਿੱਚ ਦਿੰਦਾ ਫੋਟੋ, ਅਤੇ ਉਹਨੇ ਫੋਟੋ ਖਿੱਚੀ, ਐਡੀ ਅੱਤ ਫੋਟੋ ਖਿੱਚੀ, ਉਹਦੇ ਮਜ਼ਾ ਹੀ ਆ ਗਿਆ। ਰਵਨੀਤ ਨੇ ਨਿਊਮਰੋਲੋਜੀ ਦਾ ਕੋਰਸ ਕੀਤਾ ਆ, ਅਤੇ ਨਿਊਮਰੋਲੋਜੀ ਦੀ ਜਦੋਂ ਪੋਸਟ ਆਪਾਂ ਪਾਈ ਇੰਸਟਾਗ੍ਰਾਮ ਦੇ ਉੱਤੇ, ਤਾਂ ਬਹੁਤ ਸਾਰੇ ਲੋਕ ਜਿਹੜੇ ਆ ਨਾ ਉਹ ਇੰਸਟਾਗ੍ਰਾਮ 'ਤੇ ਇਹਨੂੰ ਅਪਰੋਚ ਕਰਦੇ ਪਏ ਕਿ ਵੀ ਮੈਮ ਸਾਡਾ ਦੇਖ ਲਓ, ਸਾਡਾ ਦੇਖ ਲਓ। ਫਿਰ ਜਦੋਂ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਪਏ, ਤਾਂ ਪਤਾ ਲੱਗ ਰਿਹਾ ਕਿ ਵੀ ਲੋਕਾਂ ਨੂੰ ਬਹੁਤ ਤਰ੍ਹਾਂ ਦੀਆਂ ਐਂਗਜ਼ਾਇਟੀਆਂ ਆ, ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਨੂੰ ਨਾ ਟੈਨਸ਼ਨਾਂ ਆ, ਅਤੇ ਕੁਛ ਟੈਨਸ਼ਨਾਂ ਤਾਂ ਇੱਦਾਂ ਦੀਆਂ ਆ ਕਿ ਮਤਲਬ ਗੱਲ ਟੈਨਸ਼ਨ ਲੈਣ ਵਾਲੀ ਹੈ ਵੀ ਨਹੀਂ, ਪਰ ਪਤਾ ਨਹੀਂ ਕਿ ਉਹ ਲੋਕਾਂ ਨੂੰ ਨਾ ਐਂਗਜ਼ਾਇਟੀ ਦਿੰਦੀ ਆ। ਹੋ ਸਕਦਾ ਇਹ ਵੀ ਹੋ ਸਕਦਾ ਕਿ ਜੋ ਚੀਜ਼ ਸ਼ਾਇਦ ਸਾਡੇ ਲਈ ਇੰਨਾ ਬੋਦਰ ਨਹੀਂ ਕਰਦੀ ਸਾਨੂੰ, ਅਤੇ ਉਹ ਉਹਨਾਂ ਲਈ ਬਹੁਤ ਜ਼ਿਆਦਾ ਮੈਟਰ ਕਰਦੀ ਹੋਵੇ, ਸੋ ਇਹ ਵੀ ਆ। ਬਟ ਇਹ ਆ ਕਿ ਲੋਕਾਂ ਦੀਆਂ ਦਿੱਕਤ ਪਰੇਸ਼ਾਨੀਆਂ ਅਗਰ ਰੱਬ ਸਾਡੇ ਥਰੂ ਹੱਲ ਕਰਵਾ ਰਿਹਾ ਆ, ਤਾਂ ਮੇ ਬੀ ਇਟਸ ਗੁੱਡ ਥਿੰਗ, ਅਤੇ ਰੱਬ ਦਾ ਭਾਨਾ ਹੀ ਮੰਨ ਸਕਦੇ ਹਾਂ। ਅਤੇ ਜਿੰਨੇ ਵੀ ਮੈਂ ਦੇਖੇ, ਜਿੰਨੇ ਵੀ ਬੰਦੇ ਇਹਦੇ ਕੋਲ ਆਏ, ਅਤੇ ਸਾਰੇ ਜ਼ਿਆਦਾਤਰ ਖੁਸ਼ ਹੋ ਕੇ ਗਏ, ਜ਼ਿਆਦਾਤਰ ਕਿ ਸਾਰੇ ਖੁਸ਼ ਹੋ ਕੇ ਗਏ, ਮਤਲਬ ਮੇਰੇ ਖਿਆਲ ਨਾਲ 99% ਬੰਦੇ ਵਧੀਆ ਆ। ਅਤੇ ਹੁਣ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਉਹ ਅਕੋਰਡਿੰਗ ਟੂ ਯੋਰ ਨੰਬਰਸ ਹੁੰਦੀ ਕਿ ਤੁਹਾਡੇ ਨੰਬਰ ਕੀ ਬੋਲਦੇ ਆ, ਤੁਹਾਡਾ ਡੇਟ ਆਫ ਬਰਥ ਕੀ ਬੋਲਦੇ, ਕਿਉਂਕਿ ਤੁਹਾਡੀ ਤੁਹਾਡਾ ਡੇਟ ਆਫ ਬਰਥ ਥੋੜ੍ਹੀ ਚੇਂਜ ਹੋ ਸਕਦਾ। ਤੁਸੀਂ
ਅਗਰ ਕੰਸਲਟ ਕਰਨਾ ਚਾਹੁੰਦੇ ਹਾਂ ਤਾਂ ਰਵਨੀਤ ਦੀ ਜਿਹੜੀ ਆਈ ਡੀ ਆ ਮੈਂ ਇੱਥੇ ਸਕਰੀਨ ਦੇ ਉੱਤੇ ਮੈਨਸ਼ਨ ਕੀਤੀ ਹੋਈ ਆ, ਤੁਸੀਂ ਇੱਥੇ ਅਪਰੋਚ ਕਰ ਸਕਦੇ ਹਾਂ ਅਤੇ ਗੱਲ ਕਰ ਸਕਦੇ, ਜੋ ਵੀ ਤੁਹਾਡੀ ਪ੍ਰੋਬਲਮ ਹੈਗੀ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਆਪਾਂ ਤਾਂ ਨਹੀਂ ਇਹ ਡਿਸਕਸ ਕਰੇਗੀ, ਮੈਂ ਤਾਂ ਵੈਸੇ ਵੀ ਚਾਰਜ ਬੰਦਾ ਆ, ਮੈਂ ਤੁਹਾਨੂੰ ਉਹਦੇ ਖੁਸ਼ ਕਰ ਸਕਦਾ, ਪਰ ਪ੍ਰੋਬਲਮ ਦਾ ਹੱਲ ਜਿਹੜਾ ਆ ਉਹ ਹੋਪਫੁਲੀ ਤੁਹਾਨੂੰ ਰਵਨੀਤ ਹੀ ਦੇਵੇਗੀ। ਸੋ ਲਿਆ ਤਾਂ ਲਿਆ, ਕੁਛ ਤਾਂ ਲਿਆ ਇਹਨੇ, ਮੈਂ ਇਹਨੂੰ ਕਿਚਨ ਸੈੱਟ ਕਿਹਾ ਸੀ, ਕਿਚਨ ਸੈੱਟ ਲੈ ਲਾ, ਕਿਚਨ ਸੈੱਟ ਲੈ ਲਿਆ ਇਹਨੇ। ਇਹ ਚਲੋ ਜੀ ਲੈ ਲਿਆ ਕਿਚਨ ਸੈੱਟ, ਉਹ ਤੇ ਬੱਚਾ ਹਜੇ ਹਜੇ ਵੀ ਨਹੀਂ ਇਹ ਮੰਨਦੀ, ਹਜੇ ਵੀ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਪ੍ਰਿੰਸੈਸ ਕਿਚਨ ਸੈੱਟ। ਵਾਓ ਖੇਡਣਾ ਇਹਨੇ, ਉਹਦਾ ਦੋ ਕੁ ਦਿਨ ਹੀ ਆ, ਉਹਦਾ ਦੇਖਿਆ ਜਾਵੇ ਤਾਂ ਦੋ ਕੁ ਦਿਨ ਵੀ ਨਹੀਂ ਖੇਡਣਾ ਮੇਰੇ ਖਿਆਲ, ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਟੋਏ ਲੈ ਕੇ ਉਹਨੇ ਹੀ ਆ ਬਸ, ਤੇ ਘਰ ਤੱਕ ਮਸਾਂ ਪਹੁੰਚ ਜਾਂਦਾ ਤੇ ਕਈ ਵਾਰੀ ਘਰੇ ਵੀ ਪਹੁੰਚ ਜਾਂਦਾ, ਤੇ ਮੈਨੇ ਮਸਾਂ ਇੱਕ ਘੰਟਾ ਖੇਡਣਾ ਉਹਦੇ ਨਾਲ ਨਾਲ ਹੀ। ਚਲੋ ਮੈਂ ਕਿਹਾ ਫੁੱਟਬਾਲ ਲੈ ਲਾ, ਗੋਲ ਵਾਲਾ ਕਿ ਚੱਲ ਐਕਟੀਵਿਟੀ ਵੀ ਹੋ ਜੂ, ਕਹਿੰਦੀ ਨਹੀਂ ਇਹੀ ਲੈਣਾ ਮੈਂ ਤਾਂ, ਮੈਂ ਕਿਹਾ ਠੀਕ ਆ ਭਾਈ ਹਾਂ ਭਾਈ ਜੋ ਲੈਣਾ ਲਓ ਭਾਈ ਸਾਨੂੰ ਕੀ। ਹੁਣ ਆਪਾਂ ਲੈਣੀ ਹੈ ਸਹਿਨੂਰ ਦੀ ਡਰੈਸ, ਵੈਸੇ ਬੁਗੋ ਭਾਈ ਇੱਥੇ ਹੈਗੇ, ਇੱਥੇ ਦੇਖ ਲਓ ਮਾੜਾ ਜਿਹਾ। ਆਪਾਂ ਚੱਲੇ ਹਾਂ ਜੀ ਚੁਰਮੁਨ ਸਹਿਨੂਰ ਦਾ ਲਾਸਟ ਕੱਪੜੇ ਲੈਣ ਲਈ। ਕੁੜੀਆਂ ਨਾਲ ਸ਼ੋਪਿੰਗ ਕਰਨਾ ਬਹੁਤ ਔਖਾ ਭਰਾਵਾ, ਕੁੜੀਆਂ ਨਿਆਣੇ ਅਤੇ ਕੁੜੀਆਂ ਬੁੜੀਆਂ ਔਖਾ, ਕਹਿੰਦੀ ਕੁਛ ਨਹੀਂ ਲੈਂਦੀ, ਦੇਖਣਾ ਇਹਨੇ ਅੱਖਾਂ ਕੱਢਣਾ ਸਾਰਾ ਕੁਛ, ਅੱਖਾਂ ਨੇ ਸਾਰਾ ਕੁਛ ਕੱਢਣਾ। ਸਾਡਾ ਠੀਕ ਆ ਮੁੰਡਿਆਂ ਦਾ, ਅੰਦਰ ਬੜੇ ਲਿਆ, ਚਲੋ ਬਾਹਰ ਪਹਿਲਾਂ ਮੈਂ ਗਾਂਹ ਗਾਂਹ ਤੁਰੀਆਂ ਅਤੇ ਮੈਨੂੰ ਮਗਰ ਮਗਰ ਤੋਰਿਆ, ਦੇਖੋ ਆਹ ਸੋਹਣੀ ਹੈ ਯਾਰ। ਬਾਕੀ ਤੁਸੀਂ ਨਹੀਂ ਲੈਣਾ ਤਾਂ ਅਲੱਗ ਗੱਲ, ਬਾਕੀ ਤੁਸੀਂ ਨਹੀਂ ਲੈਣਾ ਤਾਂ ਅਲੱਗ ਗੱਲ, ਮੈਂ ਇਹਨੂੰ ਮੈਂ ਇਹੀ ਕਰ ਰਿਹਾ ਨਾ, ਆਹ ਸੋਹਣਾ ਆਹ ਸੋਹਣਾ ਲੈਂਦੀ ਵੀ ਨਹੀਂ ਹੈ, ਘੁੰਮ ਫਿਰ ਕੇ ਲੈਣਾ ਇਹਨੇ ਮਿੰਤਰਾ ਤੋਂ ਹੀ। ਸਾਰੀ ਸ਼ੋਪਿੰਗ ਸਹਿਨੂਰੀ, ਰੁਕੋ 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 ਰੁਕੋ, ਉੱਪਰੋਂ ਦੀ ਖੋਲੋ ਪੁੱਤਰ, ਇਹਨੂੰ ਉਤਾਰੋ ਏਦਾਂ ਜਿੱਥੋਂ ਮੰਮਾ ਨੇ ਪਕੜਿਆ। ਵਾਓ
ਹੁਣ ਦਾਦੂ ਨੂੰ ਚਾਹ ਬਣਾ ਕੇ ਪਿਲਾਣੀ ਸੈਨੂਰ ਨੇ, ਠੀਕ ਆ? ਠੀਕ ਆ ਸੈਨੂ? ਲਓ ਜੀ ਗਾਇਸ, ਘਰੇ ਪਹੁੰਚ ਗਏ ਆਪਾਂ, ਤੇ ਘਰੇ ਥੋੜਾ ਜਿਹਾ ਪਲਾਂਟੇਸ਼ਨ ਹੀ ਚੱਲ ਰਹੀ ਹੈ। ਸਾਨੂੰ ਚਾਹ ਬਣਾ ਲੱਗੀ ਤੇ ਬੱਬਰ ਸਾਡੇ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਗਾਰਡਨ ਦਾ, ਉਹ ਹੁਣ ਮੈਂ ਦੁਬਾਰਾ ਠੀਕ ਕਰਵਾ ਰਿਹਾ। ਇਹਨੇ ਕੀ ਕੀਤਾ, ਇੱਥੋਂ ਘਾਂ ਹੀ ਪੱਟ ਮਾਰੀ ਸਾਰੀ, ਉਹ ਇੰਨਾ ਕੁ ਪੈਚ ਵਰਕ ਦੁਬਾਰਾ ਹੋ ਰਿਹਾ, ਘਾਂ ਦਾ ਇੰਨਾ ਕੁ ਪੈਚ ਵਰਕ ਦੁਬਾਰਾ ਹੋ ਰਿਹਾ। ਇਹਨੇ ਭੌਂਕ ਭੌਂਕ ਕੀਤਾ, ਬੁਰਾ ਹਾਲ। ਹਾਂ ਕੀ ਹੋਇਆ ਤੈਨੂੰ, ਹਜੇ ਨਹੀਂ ਖੋਲ ਸਕਦੇ ਤੈਨੂੰ? ਨਹੀਂ ਹਜੇ ਨਹੀਂ ਖੋਲਣਾ, ਹਜੇ ਖੋਲਣਾ ਨਹੀਂ। ਹਜੇ ਬੰਦੇ ਆਏ ਨਾ, ਹਜੇ ਰੁਕ ਜਾ, ਬਹਿ ਜਾ ਟਿੱਕੇ, ਚੱਲ ਸਿੱਟ ਸਿੱਟ, ਗੁੱਡ ਬੋਏ। ਕਿਆ ਹੈ ਸੈਨੂ, ਚਾਹ ਪੀ ਲਈ ਆਪਾਂ? ਥੈਂਕ ਯੂ। ਮੈਂ ਕਿਹਾ ਲੋਕਾਂ ਦੇ ਕੁੱਤੇ ਵੀ ਨਾ ਊਤ ਹੁੰਦੇ ਹੋਣੇ ਆ, ਕੁੱਤੇ ਤੇ ਚਲੋ ਸਾਰੇ ਊਤ ਹੁੰਦੇ ਆ, ਸਾਡੇ ਵਾਲਾ ਕੁਝ ਜ਼ਿਆਦਾ ਹੀ ਆ। ਆਹ ਬੈਠਾ ਦੇਖੋ, ਇਹਦੇ ਲਈ ਮੈਂ ਟੋਏ ਲੈ ਕੇ ਆਇਆ ਸਪੈਸ਼ਲ, ਪਰ ਇਹਨੇ ਮਤਲਬ ਇਸ ਟਾਈਮ ਇਹਨੂੰ 10 ਮਿੰਟ ਨਹੀਂ ਹੋਏ ਇਹਨਾਂ ਖੇਡਿਆ, ਹੁਣ ਇਹਨੇ ਪਤਾ ਕੀ ਕਰਨਾ? ਆਹ ਦੇਖੋ ਪਿੱਛੇ ਆਹ ਜਿਹੜੇ ਬੂਟੇ ਮੈਂ ਲਿਆਂਦੇ ਨਾ, ਆਹ ਵਾਲੇ, ਆਹਾ ਆਹਾ ਅਤੇ ਆਹਾ, ਹੈ ਨਾ, ਇਹ ਮਤਲਬ ਇਹ ਉਨੇ ਏਡੇ ਏਡੇ ਉੱਚੇ ਬੂਟੇ ਹੈਗੇ ਕਿ ਮਤਲਬ ਆਹ ਗਮਲੇ ਦੇਖਦੇ ਮੈਂ, ਇਹਦੇ ਤੋਂ ਵੀ ਉੱਪਰ ਤੱਕ ਸੀਗੇ ਬੂਟੇ। ਇਹਨੇ ਇਹ ਸਾਰੇ ਖਿੱਚ ਖਿੱਚ ਕੇ ਧੀੜ ਧੀੜ ਕੇ ਮਤਲਬ ਸਾਰੇ ਪੱਟ ਮਾਰੇ, ਹੈ ਨਾ? ਸਾਨੂੰ ਦੱਸ ਦਿਓ ਕਿੱਦਾਂ ਪੱਟੇ ਸੀ ਇਹਨੇ? ਉਧਰ ਨਹੀਂ, ਉਧਰ ਪਕੜੋ ਪਕੜੋ, ਭਾਗੇ ਪਕੜੋ ਭਾਗੇ, ਉਧਰ ਸੁੱਟੋ, ਪਹਿਲਾਂ ਦਿਖਾਓ ਉਹਨੂੰ ਦਿਖਾਓ ਪਹਿਲਾਂ, ਫਿਰ ਨੈ ਇੱਦਾਂ ਕਰੋ, ਉਹਨੂੰ ਤਾਂ ਸੁੱਟ ਦਿਓ। ਬਹੁਤ ਸਾਰੇ ਮੁੰਡੇ ਮੈਨੂੰ ਪੁੱਛਦੇ ਪਏ ਸੀਗੇ ਕਿ ਭਾਜੀ ਇਹ ਕਿਹੜੀ ਬਰੀਡ ਹੈ? ਇਹ ਇੱਕ ਤਿਬਤਨ ਮੈਸਟਿਫ ਹੈ, ਇਹ ਹਜੇ ਪੂਰਾ 1 ਸਾਲ ਦਾ ਹੋ ਗਿਆ ਅੱਜ, ਮਤਲਬ 12th of March 1 ਸਾਲ ਦਾ ਹੋ ਗਿਆ ਐਗਜੈਕਟ। ਓ ਅੱਜ ਸੈਨੂਰ ਬੱਬਰ ਦਾ ਹੈਪੀ ਬਰਥਡੇ ਅੱਜ, ਬੱਬਰ ਹੈਪੀ ਬਰਥਡੇ। 1 year old ਸ਼ਾਮ ਦੇ 7 ਵੱਜ ਚੁੱਕੇ ਆ ਅਤੇ ਆਪਾਂ ਬੈਠੇ ਹਾਂ ਅਤੇ ਮੈਡਮ ਜੀ ਨਿਊਮਰੋਲੋਜੀ ਦੇ ਚਾਰਟ ਕੱਢ ਕੇ ਬੈਠੀ ਆ, ਦੇਖੋ ਆਪਣਾ ਤਾਮ ਜਾਮ ਖੋਲ੍ਹ ਗਏ। ਹਾਂਜੀ ਮੈਡਮ ਜੀ, ਬਾਬਾ ਜੀ ਸ਼੍ਰੀ ਸ਼੍ਰੀ 108 ਰਵਨੀਤ ਕੌਰ ਜੀ, ਕੀ ਕਰ ਰਹੇ? ਕੰਮ ਕਰ ਰਹੇ ਲੈਣਾ, ਟੋਟਲ ਹੋਏਗਾ ਲੱਕੀ ਰਹੇਗਾ ਉਹ, ਤੇ ਇਸ ਕਰਕੇ ਚੀਜ਼ ਦਾ ਧਿਆਨ ਰੱਖਣਾ।
ਸੋ ਇਸੇ ਦੇ ਨਾਲ ਤੁਸੀਂ ਦੇਖਿਆ ਕਿ ਨਿਊਮਰੋਲੋਜਿਸਟ ਬਣ ਚੁੱਕੀ ਹੈ। ਮੈਂ ਇੱਕ ਚੀਜ਼ ਦਿਖਾਉਣਾ, ਤੁਸੀਂ ਹੱਸੋਗੇ। ਮੈਂ ਕਹਿੰਦਾ ਐਡੀ ਤਗੜੀ ਜੈੱਡ ਪਲੱਸ ਸਿਕਿਉਰਿਟੀ ਕਰਨੀ ਪੈਂਦੀ ਨਾ ਸਾਨੂੰ। ਆਹ ਦੇਖੋ, ਸੋ ਆਹ ਦੇਖੋ, ਆਹ ਸਾਡਾ ਗਾਰਡਨ ਹੈ। ਬਟ ਆਹ ਦੇਖੋ, ਇਹ ਪੂਰਾ ਗਾਰਡਨ ਸਾਨੂੰ ਇੱਦਾਂ ਕਰਕੇ ਕਰਨਾ ਪੈਂਦਾ। ਕਿਉਂ? ਇਹਦੇ ਪਿੱਛੇ ਵਜ੍ਹਾ ਇਹ ਆ, ਆਹ ਰਾਕਸ਼ਸ ਇਹ ਕੀ ਕਰਦਾ, ਇੱਥੋਂ ਦੀ ਜਾਂਦਾ ਆ ਅੱਜ ਕੱਲ੍ਹ, ਅਤੇ ਇੱਥੋਂ ਦੀ ਗਾਰਡਨ ਦੇ ਵਿੱਚੋਂ ਕੁਛ ਨਾ ਕੁਛ ਪੱਟ ਮਾਰਦਾ। ਕੱਲ੍ਹ ਇਹਨੇ ਕੀ ਕੀਤਾ ਕਿ ਇੱਥੋਂ ਦੀ ਗਰਾਸ ਹੀ ਪੱਟ ਮਾਰੀ, ਗਰਾਸ ਹੀ ਪੱਟ ਲਈ ਸੀ। ਸੋ ਹੁਣ ਮੈਂ ਇੱਥੇ ਆਹ ਕੀਤਾ ਆ। ਅੱਛਾ, ਜਿਹੜੇ ਬੂਟੇ ਇੱਥੇ ਲਗਾਏ ਹੋਏ ਆ ਉਹਦੀ ਪ੍ਰੋਟੈਕਸ਼ਨ ਦੇਖੋ, ਮੈਂ ਆਪਣੀ ਬਾਈਕ ਲਗਾਈ ਹੋਈ ਆ। ਇਹ ਪ੍ਰਧਾਨ ਜੀ ਨੇ ਕੀ ਕੀਤਾ, ਬੂਟੇ ਨੂੰ ਪੱਟਣ ਨੂੰ ਨਹੀਂ ਮਿਲੇ, ਮੈਂ ਅੱਗੇ ਬਾਈਕ ਲਗਾ ਤੀ। ਇਹਨੇ ਕੀ ਕੀਤਾ, ਆਹ ਦੇਖੋ, ਉਹ ਹਰਜਾ 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 ਤੈਨੂੰ ਦੱਸੀ ਜਾਂਦਾ ਮੈਂ, ਹਰਜਾ 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 ਤੈਨੂੰ ਦੱਸੀ ਜਾਂਦਾ ਮੈਂ। ਮਤਲਬ ਤੁਸੀਂ ਦੇਖੋਗੇ ਕਿ ਉੱਥੇ ਸਿਲੰਡਰ, ਸਾਈਕਲ, ਸਹਿਨੂਰ ਦੀ ਸਾਈਕਲ, ਮੇਰੀ ਬਾਈਕ, ਇਹ ਆ ਤਾਂ ਚਲੋ ਹਟ ਜਾਣੀਆਂ ਇੱਥੇ। ਇਹਦੇ ਪਿੱਛੇ ਚੇਅਰਸ ਪਈਆਂ ਹੋਈਆਂ, ਉਹ ਇਹਦਾ ਚਲੋ ਘਰੇ ਕੰਮ ਥੋੜ੍ਹਾ ਚੱਲਦਾ ਵਾ, ਥੋੜ੍ਹੇ ਪਲੰਬਰਸ ਆਏ ਹੋਏ ਆ, ਅਤੇ ਉਹਦੇ ਕਰਕੇ ਇਹਨੂੰ ਮੈਂ ਫਿਰ ਇੱਦਾਂ ਦੀਆਂ ਚੀਜ਼ਾਂ ਦਿੰਦਾ ਹਾਂ। ਜਿੱਦਾਂ ਆਹ ਹੋ ਗਿਆ ਕਿ ਆਹ ਤੋੜਲਾ ਭਰਾਵਾ, ਉਹ ਟੋਇਸ ਹੋ ਗਏ, ਇੱਦਾਂ ਦੀਆਂ ਚੀਜ਼ਾਂ ਦੇ ਦਿੰਦਾ ਇਹਨੂੰ ਮੈਂ ਤੋੜਨ ਨੂੰ। ਅਤੇ ਆਹ ਇੱਥੇ ਲੱਕੜ ਮੰਗਾਈ ਹੋਈ ਹੈ ਮੈਂ, ਉੱਪਰੋਂ ਦੀ ਸਪੈਸ਼ਲ ਕੀ ਲੱਕੜ ਖਾ ਲਵੇ, ਪਰ ਉਹ ਨਾ ਖਾਵੇ। ਪਰ ਇਹਨੂੰ ਕੀ ਆ, ਇਹਨੂੰ ਤਾਂ ਬੂਟੇ ਖਾਣੇ ਆ। ਦਸ ਵੱਜ ਚੁੱਕੇ ਆ, ਸਵਾ ਦਸ ਹੋ ਚੁੱਕੇ ਆ, ਅਤੇ ਬੱਬਰ ਨੂੰ ਮੈਂ ਵਾਕ ਵੀ ਕਰਾਇਆ, ਤੁਹਾਨੂੰ ਮੈਂ ਦਿਖਾਇਆ ਬਾਲ ਕਿੱਦਾਂ ਲਾਈਏ। ਬਾਲ ਫਿਲਹਾਲ ਦੇ ਤੌਰ 'ਤੇ ਤਾਂ ਸਕਸੈਸਫੁਲ ਹੈਗੀ ਹੈ, ਅਤੇ ਕੱਲ੍ਹ ਸੈਨੂਰ ਦਾ ਬਰਥਡੇ ਹੈਗਾ ਸਕੂਲ ਦੇ ਵਿੱਚ। ਤੁਸੀਂ ਦੇਖ ਲਿਆ, ਆਪਾਂ ਕਰ ਲਈ ਹੈ ਸਾਰੀ, ਸੈਨੂਰ ਵੀ ਰੈਡੀ ਹੈ ਕੱਲ੍ਹ ਸਕੂਲ ਦੇ ਲਈ। ਹੈਨਾ ਵੀ ਸੈਨੂਰ, ਲਾਈਕ ਵੀ ਕਰ ਦਿਓ ਐਂਡ ਸ਼ੇਅਰ ਵੀ ਕਰ ਦਿਓ। ਚਲੋ ਫਿਰ ਇਸ ਦੇ ਨਾਲ ਆਪਾਂ ਕਰਦੇ ਹਾਂ ਵਲੋਗ ਅੱਜ ਦਾ ਐਂਡ। ਸਬਸਕ੍ਰਾਈਬ ਜ਼ਰੂਰ ਕਰ ਲਿਓ, ਮੈਨੂੰ ਪਤਾ ਆ ਵਲੋਗ ਰੋਜ਼ ਰੋਜ਼ ਨਹੀਂ ਆ ਰਹੇ, ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਹੁਣ ਕਰਨ ਦੀ। ਮੈਨੂੰ ਪਤਾ ਇਹ ਵੀ ਆਪਾਂ ਬਹੁਤ ਸਾਰੀ ਵਾਰੀ ਕਰ ਚੁੱਕੇ ਹਾਂ, ਪਰ ਆਪਾਂ ਜ਼ਰੂਰ ਹੁਣ ਕੋਸ਼ਿਸ਼ ਕਰਾਂਗੇ। ਇਹ ਕਰਦੀ ਨਹੀਂ, ਇਹ ਥੋੜ੍ਹਾ ਬਿਜ਼ੀ ਹੈਗੀ ਆ, ਮੈਂ ਵੀ ਥੋੜ੍ਹਾ ਬਿਜ਼ੀ ਹੁੰਦਾ, ਮੈਂ ਫੈਕਟਰੀ 'ਚ ਬਿਜ਼ੀ ਹੁੰਦਾ, ਘਰ ਦੇ ਕੰਮਾਂ 'ਚ ਬਿਜ਼ੀ ਹੁੰਦੀ ਅੱਜ ਕੱਲ੍ਹ। ਮੰਮਾ ਅਤੇ ਸ਼ੀਨਾ ਵੀ ਗਏ ਹੋਏ ਆ, ਅਤੇ ਅਗਲੇ ਵਲੋਗ 'ਚ ਮਿਲਦੇ ਹਾਂ। ਬਾਏ ਬਾਏ।